ਸਰੀਰ ਹੈ ਲਓ ਚੋਲਾ ਸਾਹਿਬ ਵੱਲੋਂ 75 ਕਿਲੋ ਵਰਗ ਦੇ ਵਿੱਚ ਮੁੰਡੇ ਨੇ ਜਿਹੜੀ ਰੇਡ ਪਾ ਦਿੱਤੀ ਹੈ ਚੋਲਾ ਸਾਹਿਬ ਦੀ ਤਰਫੋਂ ਮੁੰਡਾ ਲਾਪਿੰਦਰ ਜੀ ਦਾ ਚੋਲਾ ਸਾਹਿਬ ਵਾਲਾ ਲੱਖਾਂ ਵਰਗਾ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਲਈ ਇੰਦਰਜੀਤ ਇੱਕ ਇੱਕ ਦਾ ਵਾਧਾ ਕਰਦਾ ਹੋਇਆ ਲਓ ਹਿੰਦਾ ਚੱਲਿਆ ਮੇਰੇ ਵੀਰਿਓ ਜ਼ਿਲ੍ਹਾ ਗੁਰਦਾਸਪੁਰ ਵਾਲਾ ਸਾਹਮਣੇ ਜ਼ਿਲ੍ਹਾ ਤਰਨ ਤਾਰਨ ਦੀ ਧਰਤੀ ਦੇ ਚਾਰ ਜਾਫੀ ਪਰ ਉਧਰਲੇ ਪਾਸੇ ਹਿੰਦਾ ਕਬੱਡੀ ਦਾ ਮੱਚਦਾ ਗਿਆਰ ਹੈ ਨਹਿਰੀ ਸਾਹ ਮੁੰਡੇ ਵੀ ਹੈ ਐ ਸਾਰਾ ਮੇਲਾ ਲੁੱਟਣ ਵਾਲੀ ਗੱਲ ਕੀਤੀ ਹੈ ਲਾਪੀ ਪਾਰੇੜ ਨੌਜਵਾਨਾਂ ਸਾਹਮਣੇ ਚੋਲਾ ਸਾਹਿਬ ਦੀ ਧਰਤੀ ਵੱਲੋਂ ਮੁੰਡੇ ਨੇ ਪਰਤੇ ਥਾਪੀ ਮਾਰੀ ਹੈ ਕਿ ਬਗਾਨਿਆਂ ਦੇ ਨਾਲ ਪੇਚਾ ਪਾਉਣਾ ਕਿਹੜਾ ਸੌਖਾ ਏ ਜੱਗ ਤੇ ਪਲੇਅਰ ਕਹਾਉਣਾ ਕਿਹੜਾ ਸੌਖਾ ਏ ਸਿੱਖਣੇ ਪੈਂਦੇ ਨੇ ਸਤਾਦਾਂ ਕੋਲੋਂ ਗੁਣ ਨਾਲੇ ਖਾਣ ਲਈ ਵੀ ਤਕੜੀ ਗੁੰਜਾਇਸ਼ ਚਾਹੀਦੀ ਜੇ ਔਰ ਖੇਡਣੀ ਹੋਵੇ ਕਬੱਡੀ ਤੇ ਫਿਰ ਕਹਿੰਦੇ ਜਾਣ ਚਾਹੀਦੀ ਲਓ ਗੋਬਿੰਦ ਦੀ ਪੈ ਚੁੱਕੀ ਆ ਕਬੱਡੀ ਮੇਰੇ ਪੰਜਾਬੀ ਵੀਰਿਓ ਚਾਰ ਜਾਫੀ ਚਾਰ ਵਾਰ ਤਿਆਰ ਹੈ ਕੌਣ ਸ੍ਰੀ ਮਾਂ ਦਾ ਸੇਰ ਪੁੱਤ ਜਫਾ ਲਾ ਕੇ ਦਿਖਾਵੇਗਾ ਲਓ ਇੱਕ ਪਾਸੇ ਗੱਲ ਔਖੀ ਹੋ ਗਈ ਹੈ ਤੇ ਪੈਣ ਜਿਹੜਾ ਉਹ ਰੇਡਰ ਦੇ ਹਿੱਸੇ ਹੈ ਢਾਬੀ ਦੇ ਹਿੱਸੇ ਹੈ ਬਹੁਤ ਹੀ ਸ਼ਾਨਦਾਰ ਮੈਚ ਕਬੱਡੀ ਦੇ ਐ ਸਿਰਾ ਹੁੰਦਾ ਹੋਇਆ ਮੇਰੇ ਵੀਰਿਓ ਇੱਕ ਪਾਸੇ ਚੋਲਾ ਸਾਹਿਬ ਦੀ ਧਰਤੀ ਆ ਆਵਾ ਮੰਨੂ ਮੇਰੇ ਵੀਰਿਓ ਆ ਸਵੇਰੇ ਪਾਖਰਪੁਰ ਵਾਲਾ ਰੇਡ ਪਾਉਂਦਾ ਹੋਇਆ ਲਓ ਚਾਰ ਗੱਭਰੂ ਤਿਆਰ ਬਰ ਤਿਆਰ ਆ ਮੇਰੇ ਵੀਰਿਓ ਚੋਲਾ ਸਾਹਿਬ ਦੀ ਤਰਫੋਂ ਲਾਪੀ ਇੱਕ ਪਾਸੇ ਟੱਚ ਮਾਰਿਆ ਤੇ ਮਮਰਾਵਾਂ ਵਾਲਾ ਮੰਨੂ ਮੇਰੇ ਵੀਰਿਓ ਆ ਸਵੇਰੇ ਬਲਜੀਤ ਅਗਵਾਨਾ ਇਹ ਬਲਜੀਤ ਹਰੀਮਾਬਾਦ ਵਾਲਾ ਨਹੀਂ ਅੱਫਾ ਲਾ ਸਕਿਆ ਇੱਕ ਅਗਵਾਨਾ ਵਾਲਾ ਹੈ ਜਿਹੜਾ ਕਹਿੰਦੇ ਕਿ ਪੱਕੇ ਤੌਰ ਤੇ ਜਰਮਨ ਜਾ ਵਸਿਆ ਜਿਨ੍ਹਾਂ ਨੇ ਕਹਿੰਦੇ ਕਿ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਕਰਨਾ ਹੈ 19 ਤਰੀਕ ਨੂੰ 61,000 ਰੁਪਈਆ ਜਿਹੜਾ ਉਹ ਕਹਿੰਦੇ ਰਸਾਲ ਸਲ ਨੂੰ ਦੇਣਗੇ ਮੇਰੇ ਵੀਰਿਓ ਔਰ ਕਹਿੰਦੇ 50 ਦਾ ਮੋਟਰਸਾਈਕਲ ਪਰ 61,000 ਦਿੱਤਾ ਜਾਵੇਗਾ ਕਬੱਡੀ 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 ਆਓ ਬਿੱਲਾ ਇਹ ਉਹ ਬਿੱਲਾ ਹੈ ਜਿਹੜਾ ਰਾਤ ਨੂੰ ਆ ਕੇ ਚੋਰੀ ਦੁੱਧ ਪੀ ਜਾਂਦਾ ਮੇਰੇ ਵੀਰਿਓ ਯਾ ਬਿੱਲਾ ਜੀਤੋ ਸਰਦੇ ਵਾਲਾ ਲੱਖਾਂ ਵਰਗਾ ਪੁਆਇੰਟ ਰੇਡਰ ਦੇ ਹਿੱਸੇ ਜੋੜਦਾ ਹੋਇਆ ਅਗਲੀ ਰੇਡ ਭਰੇ ਗੁੱਸੇ ਹੁਣ ਇਹਨਾਂ ਦੇ ਗਿੱਠ ਗਿੱਠ ਚੜ੍ਹਦੇ ਲਾਲੀ ਕਰਕੇ ਮਿਹਨਤ ਖਾ ਖਰਾਕਾ ਦੇ ਇਹਨਾਂ ਨੇ ਪਾਲੀ ਬਾਗ ਤਪਖੀਰਾ ਕਰ ਤਪੱਸਿਆ ਵਿੱਚ ਗਰਾਉਂਡਾਂ ਆਏ ਐਸੀ ਕਰਦੇ ਕਿਰਪਾ ਰੱਬਾ ਸੱਟ ਕੋਈ ਨਾ ਖਾਏ ਕਿ ਐਸੀ ਕਰਦੇ ਕਿਰਪਾ ਰੱਬਾ ਲਾਪੀ ਘੋੜੇ ਸਾਹਿਬ ਆਦੀ ਰੇ ਔਰ ਕਹਿੰਦੇ ਸੱਟ ਵੱਜੀ ਤੇ ਬੜਾ ਦੁੱਖ ਲੱਗਿਆ ਪਰ ਇਧਰਲੇ ਪਾਸੇ ਕਬੱਡੀ ਕਬੱਡੀ ਲਾਪੀ ਕੀੜੀ ਫਗਾਨੇ ਵਾਲਾ ਹਿੰਦਾ ਮਾਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੇਰੇ ਵੀਰਿਓ ਮੰਡਾ ਬਹਿਜਾ ਕਰਾਈ ਜਾ ਰਿਹਾ ਹੈ ਬਹਿਜਾ ਕਰਾਈ ਜਾ ਰਿਹਾ ਹੈ ਅਗਲੀ ਰੇਡ ਪਾਪੀ ਨੌਜਵਾਨਾਂ ਮੈਚ ਤਕੜਾ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਇਸ ਵੇਲੇ ਦੋਨਾਂ ਟੀਮਾਂ ਦੇ ਦਰਮਿਆਨ ਇੱਕ ਇੱਕ ਪੁਆਇੰਟ ਦੇ ਲਈ ਇੱਕ ਇੱਕ ਅੰਕ ਦੇ ਲਈ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਜੂਝਦੀਆਂ ਹੋਈਆਂ ਲਾਪੀ ਜਿਹੜਾ ਫਾਈਨਲ ਮੈਚ ਹੋਵੇਗਾ ਕਹਿੰਦੇ ਬੈਸਟ ਰੇਡਰ ਤੇ ਬੈਸਟ ਓਪਰ ਨੂੰ ਜਿਹੜੀਆਂ ਹੈ ਉਹ ਔਰ ਮੁੰਦਰੀਆਂ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਬੈਸਟ ਰੇਡਰ ਤੇ ਬੈਸਟ ਓਪਰ ਨੂੰ ਲਾਪੀ ਗੋਬਿੰਦ ਅਗਲੀ ਰੇਡ ਔਰ ਕਹਿੰਦੇ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਦੇ ਇਸ ਵੇਲੇ ਮੁੱਲਾਂਵਾਲ ਵੱਲੋਂ ਪਰਤੇ ਥਾਪੀ ਮਾਰਦਾ ਚਾਰੇ ਗੱਭਰੂ ਤਿਆਰ ਬਰ ਤਿਆਰ ਹੈ ਨਹੀਂ ਰੀਸਾਂ ਮੁੰਡੇ ਦੀਆਂ ਲੈ ਪਈ ਜੀਤ ਮਣੀ ਨੇ ਤੇ ਬਹਿਜਾ ਕਰਾ ਦਿੱਤੀ ਹੈ ਹੁਣ 75 ਕਿਲੋ ਦੇ ਵਿੱਚ ਤੇਰੀ ਵਾਰੀ ਆ ਜਵਾਨਾ ਲਾਪੀ ਸਾਹਮਣੇ ਰੇਡ ਨੌਜਵਾਨ ਮੰਨੂ ਪਾਉਣ ਦੇ ਲਈ ਇਸ ਵੇਲੇ ਮੇਰੇ ਵੀਰਿਓ ਔਰ ਰੇਡ ਪਾਉਣ ਦੇ ਲਈ ਕਿਨ ਵਾਧਾ ਹੋਇਆ ਚਾਰੇ ਗੱਭਰੂ ਤਿਆਰ ਬਰ ਤਿਆਰ ਹੈ ਕਿ ਜ਼ਿੰਦਗੀ ਵਾਹ ਮੈਂ ਗੱਲ ਕੀਤੀ ਸੀ ਜੀਤ ਦੀ ਪਰ ਜੀਤ ਨੇ ਕੀ ਲਿਆ ਪੁੱਠੀ ਪੈ ਗਈ ਆ ਮੇਰੇ ਪੰਜਾਬੀ ਵੀਰਿਓ ਪੁੱਠੀ ਬੜੀ ਜ਼ਾਲਮ ਹੁੰਦੀ ਹੈ ਮਾਰੋ ਜ਼ੋਰਦਾਰ ਤਾੜੀਆਂ ਸਾਡੇ ਕੁਲਵਿੰਦਰ ਸਿੰਘ ਸੈਕਟਰੀ ਵੱਲੋਂ ਜੀਤ ਦੇ ਲਈ 100 ਰੁਪਈਆ ਮਾਣ ਪੁੱਜੇ ਸਾਡੀ ਬੱਚੀ ਛੋਟੀ ਜੀ ਸਾਡੀ ਧੀ ਨੂਰ ਨੂਰ ਚਾਚੇ ਵਾਸਤੇ ਕਹਿੰਦੀ ਵੱਡਾ ਮਾਣ ਹੈ ਔਰ ਜੀਤ ਵਾਸਤੇ ਪੁੱਜੇ ਸਾਡੀ ਛੋਟੀ ਜੀ ਬੱਚੀ ਸਾਡੀ ਛੋਟੀ ਜੀ ਧੀ ਵੱਡਾ ਮਾਣ ਕਰਦੀ ਹੈ ਇਹ ਕਬੱਡੀ ਦੇ ਪਲੇਅਰਾਂ ਦਾ
साडे साबका सरपंच सरदार बलविंदर सिंह जी वड्डा मान करदे आ जीत दे लई वी 100 रुपया साडा विरजिंदर ओ वी जीत दे लई वड्डे मान भेजदा है हरविंदर सिंह जी बाजवा दरसे दसूवा वड्डा मान पंजाबी बोलां दा सरजी नूं प्राचे नहीं बुझा इस सबीर वल्लों वड्डे मान पंजाबी बोलां दे भी बुझे है लापी साडे साबा वीर भी आप खड़े पैसे मैं बेनती करांगा कि साडे बहुत ही सत्कार जुग मान जुग लापी सामने जीत ने पैजा पैजा करा दिती है वाह कबड्डी 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 आ जीत दे पैसे भर लो सारे जी ये जीत दे माया दे गफिया लाओ जीत ने मेला लुटन वाली गल कर दिती है मैं पहला जिगर किया सी क्योंकि मणि ने पैजा पैजा साड़ी छोटी जी बच्ची नूर और मेरे वीर जीत वास्ते वड्डा मान अपने चाचे दे लई भतीजियां मान करदी है साडे गुरविंदर सिंह जी बाजवा उन्हां वल्लों भी वड्डे मान जीत दे लई है मेरे वीर जित दे निशान सदा वड्डा वीर दविंदर नागरा पंजाब पुलिस जीत दे लई वड्डे मान करदा है हरविंदर बाजवा पिंड गोरखिया तो 100 रुपया जेड़ा है उस रेडर दा मान कीते हिंदा बाजवा साडा वीर अजीत दे फादर साहब जी दे लई 100 रुपया रेडर दे लई भी पुज्जे आ रुक सारा नोटा दा मेरे को फड़ियो साबका सरपंच साहब सरदार बलविंदर सिंह जी पहला भी माया दे गफे ताडे कोल आ जीत दे पर फिर प्यार दिता जा रहा कबड्डी नू लापी गोबिंद गोबिंद टक्कर सकता मुकाबला सकता लो एक पासे तावी दूजे पासे याफी गल्ला समे दिया मास्टर गुरमेश सिंह जी ਉਹਨਾਂ ਵੱਲੋਂ ਵੀ ਜੀਤ ਦੇ ਲਈ 100 ਰੁਪਇਆ ਪੁੱਜਿਆ ਮਾਸਟਰ ਗੁਰਮੇਸ਼ ਸਿੰਘ ਜੀ ਜੀਤ ਦੇ ਲਈ 100 ਰੁਪਇਆ ਅਗਲੀ ਰੇਡ ਚੋਲਾ ਸਾਹਿਬ ਵੱਲੋਂ ਮੰਨੂ ਦੀ ਹੈ ਅਗਲੀ ਰੇਡ ਚੋਲਾ ਸਾਹਿਬ ਵੱਲੋਂ ਮੰਨੂ ਦੀ ਹੈ ਆ ਫੜੋ ਪੈਸੇ ਜੀ ਆ ਵੀ ਫੜ ਲਓ ਸਰਪੰਚ ਸਾਹਿਬ ਕਬੱਡੀ ਕਬੱਡੀ ਮੰਨੂ ਇਹ ਬਲਜੀਤ ਇਹ ਹਰੀਮਾਬਾਦ ਵਾਲਾ ਬਲਜੀਤ ਮਹਿੰਗੇ ਮੁੱਲ ਦਾ ਖਿਡਾਰੀ ਹੈ ਖੜ ਗਿਆ ਚੀਨ ਦੀ ਕੰਧ ਬਣ ਕੇ ਯਾਰ ਯਾਰ ਮਾਰੋ ਤਾੜੀਆਂ ਮੇਰੇ ਵੀਰਿਓ ਵਾਹ ਨਹੀਂ ਰੀਸਾ ਮੁੰਡੇ ਦੀ ਹੈ ਇਸ ਵੇਲੇ ਮੁੱਲਾਂਵਾਲ ਵਾਲਿਆਂ ਨੇ ਬਹਿਜਾ ਬਹਿਜਾ ਕਰਾ ਦਿੱਤੀ ਹੈ ਜੇਕਰ ਮੈਚ ਦਾ ਨਜ਼ਾਰਾ ਆ ਰਿਹਾ ਤੇ ਤਾੜੀਆਂ ਮਾਰ ਕੇ ਦੱਸੋ ਮੇਰੇ ਵੀਰ ਦਰਸ਼ਕ ਵੀਰ ਤਾੜੀਆਂ ਮਾਰ ਕੇ ਸਵਾਗਤ ਕਰਦੇ ਹੋਏ ਤਾੜੀਆਂ ਮਾਰ ਕੇ ਸਵਾਗਤ ਕਰਦੇ ਹੋਏ ਲਓ ਬਿੱਲੇ ਦੀ ਜੀਤੋ ਸਰਦੇ ਵਾਲੇ ਦੀ ਰੇਡੇ ਲਾਪੀ ਬਿੱਲਿਆ ਪਤਾ ਲੱਗਦੇ ਬਗਾਨਿਆਂ ਦੇ ਨਾਲ ਵਾਹ ਰਾਜਪੁਰੇ ਤੋਂ ਫੌਜੀ ਸਾਹਿਬ ਜੀਤ ਦੇ ਲਈ 100 ਰੁਪਈਆ ਹੈ ਰਾਜਪੁਰੇ ਤੋਂ ਸਾਡੇ ਫੌਜੀ ਸਾਹਿਬ ਜੀਤ ਅੱਜ ਪੈਜਾ ਪੈਜਾ ਕਰਾ ਦਿੱਤੀ ਲਓ ਪੁੱਠੀ ਫਿਰ ਪਈ ਸੀ ਪਰ ਦੇਖਾਂਗੇ ਪੁਆਇੰਟ ਰੇਡਰੇ ਅਗਲਾ ਫਾਈਨਲ ਮੈਚ ਜਿਹੜਾ ਹੈ ਉਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਔਰ ਗੁਰਦਾਸਪੁਰ ਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਲਾਪੀ ਹਿੰਦਾ ਪਾਉਂਦਾ ਰੇਡ ਲਓ ਹਿੰਦੇ ਦੀ ਪਈ ਆ ਰੇਡ ਕਿ ਬਗਾਨਿਆਂ ਦੇ ਨਾਲ ਪੇਚਾ ਪਾਉਣਾ ਕਿਹੜਾ ਸੌਖਾ ਏ ਜੱਗ ਤੇ ਪਲੇਅਰ ਕਹਾਉਣਾ ਕਿਹੜਾ ਸੌਖਾ ਏ ਸਿੱਖਣੇ ਪੈਂਦੇ ਨੇ ਸਤਾਦਾ ਕੋਲੋਂ ਗੁਣ ਨਾਲੇ ਖਾਣ ਦੀ ਵੀ ਤਕੜੀ ਗੁੰਜਾਇਸ਼ ਚਾਹੀਦੀ ਜੱਗ ਉੱਤੇ ਹੋਵੇ ਖੇਡਣੀ ਜੇ ਕਬੱਡੀ ਦਿਲ ਤਕੜਾ ਤੇ ਤਾਕਤ ਥਾ ਚਾਹੀਦੀ ਵਾਹ ਕਬੱਡੀ 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 ਸਾਡੇ ਹਰਵਿੰਦਰ ਸਿੰਘ ਜੀ ਬਾਜਵਾ ਔਰ ਹਿੰਦੇ ਦੇ ਲਈ 100 ਰੁਪਇਆ ਬੁਝੇ ਸਰਵੇਰ ਦਸੂਆ ਮੇਰੇ ਵੀਰਿਓ ਲਾਪੀ ਹਿੰਦੇ ਤੇਰੇ ਮਾਇਆ ਦੇ ਗਫੇ ਹੈ ਆ ਫਰਲਾ ਮੇਰਾ ਵੀਰ ਵੱਡੇ ਪਿਆਰ ਵੱਡੇ ਸਤਕਾਰ ਜਿਹੜੇ ਹੈ ਹਿੰਦੇ ਦੇ ਲਈ ਹੈ ਲਓ ਕਬੱਡੀ 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 ਹੋਈ ਪਈ ਹੈ ਲਾ ਰੇਡਰ ਤੇ ਯਾਫੀ ਵਾਹ ਨਹੀਂ ਉਹ ਰੀਸਾ ਮੁੰਡੇ ਦੀ ਹੈ
ਕਿ ਜ਼ਿੰਦਗੀ ਸਜਣਾ ਨੱਗ ਜਾਣੀ ਹੈ ਨੰਗਣ ਜਿਵੇਂ ਤਰੀਕਾ ਮੌਤ ਕਿਸੇ ਦੀ ਉਮਰ ਨਾ ਵੇਂਦੀ ਤੇ ਵਕਤ ਨਾ ਕਰੇ ਅਡੀਕਾ ਕਿ ਮੌਤ ਕਿਸੇ ਦੀ ਉਮਰ ਨਾ ਵੇਂਦੀ ਲਾਪੀ ਕੈਨੇਡਾ ਤੋਂ ਸਾਡਾ ਵੀਰ ਸਿੰਦਰ ਲਾਈਵ ਦੇਖ ਰਿਹਾ ਕਬੱਡੀ ਤੇ ਜੁੜਿਆ ਹੋਇਆ ਕਹਿੰਦਾ ਇੱਕ ਘਿਓ ਦਾ ਪੀਪਾ ਦੇਵਾਂਗੇ ਲਓ ਕਬੱਡੀ 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 ਏ ਇੱਕ ਪਾਸੇ ਰੇਡ ਤੇ ਦੂਜੇ ਪਾਸੇ ਯਾਫੀ ਬਲਜੀਤ ਬਲਜੀਤ ਤੇ ਇਸ ਵੇਲੇ ਇੰਦਰਜੀਤ ਇੰਦਰਜੀਤ ਔਰ ਇੱਕ ਪਾਸੇ ਚੋਲਾ ਸਾਹ ਵਾਲਾ ਇੰਦਰਜੀਤ ਹੈ ਤੇ ਦੂਜੇ ਪਾਸੇ ਬਲਜੀਤ ਹੈ ਮੇਰੇ ਵੀਰਿਓ ਹਰੀਮਾਬਾਦ ਵਾਲਾ ਬਲਜੀਤ ਕਹਿੰਦੇ ਜੋੜੀ ਮਸ਼ਹੂਰ ਹੈ ਰਸਾਲ ਸਿੰਘ ਸਾਲੂ ਨੜਾਵਾਲ ਦੇ ਨਾਲ ਇਸ ਨੌਜਵਾਨ ਦੀ ਲਾਪੀ ਨਾਗਰਾ ਸਾਹਿਬ 100 ਰੁਪਇਆ ਬਲਜੀਤ ਦੇ ਲਈ ਤੇ ਸਾਡਾ ਵੀਰ ਆਕਾਸ਼ ਕੈਨੇਡਾ ਤੋਂ 100 ਰੁਪਇਆ ਕਹਿੰਦੇ ਬਲਜੀਤ ਦੇ ਲਈ ਬਲਜੀਤ ਆ ਮਾਇਆ ਦੇ ਗੱਫੇ ਫੜ ਮੇਰਾ ਵੀਰ ਵੱਡੇ ਪਿਆਰ ਕਬੱਡੀ ਨੂੰ ਹੈ ਲਓ ਬਿੱਲੇ ਦੇ ਨਾਲ ਹੋਈ ਆ ਟੱਕਰ ਲੈ ਇੱਕ ਪਾਸੇ ਪਾਣੀ ਰੋੜਗੀ ਝਾਂਜਰਾਂ ਵਾਲੀ ਤੇ ਕੈਂਠੇ ਵਾਲਾ ਤਿਲਕ ਗਿਆ ਲਾਪੀ ਦੇਖਾਂਗੇ 5 4 3 2 1 ਵਾਹ ਪੁਆਇੰਟ ਜਾਫੀ ਦਾ ਇੱਕ ਸੈਂਗੜ ਜਿਹੜਾ ਹੈ ਕਬੱਡੀ ਦੇ ਵਿੱਚ ਕੀਮਤੀ ਹੈ ਇੱਕ ਸੈਂਗੜ ਜਿਹੜਾ ਹੈ ਕੀਮਤੀ ਵੱਡੇ ਮਾਇਆ ਦੇ ਗੱਫੇ ਜਾਫੀ ਦੇ ਲਈ ਹੈ ਇੱਧਰ ਸਾਡੇ ਸਰਪੰਚ ਸਾਹਿਬ ਸਰਦਾਰ ਨਿਸ਼ਾਨ ਸਿੰਘ ਜੀ ਤੇ ਸਾਡੇ ਦਲਜੀਤ ਸਿੰਘ ਜੀ ਬਾਜਵਾ ਸਭ ਉਹਨਾਂ ਵੱਲੋਂ ਵੱਡੇ ਮਾਣ ਪੁੱਜੇ ਪਰ ਉਧਰਲੇ ਪਾਸੇ ਜੀਤ ਵਾਹ ਵਾਹ ਕਬੱਡੀ ਨਹੀਂ ਦੀ ਸਾ ਇੱਕ ਇੱਕ ਅੰਕ ਦੇ ਲਈ ਟੀਮਾਂ ਮੈਦਾਨ ਦੇ ਵਿੱਚ ਜੂੰਝਦੀਆਂ ਹੋਈਆਂ ਦੋਹਾ ਕਤਰ ਤੋਂ ਦੋਹਾ ਕਤਰ ਤੋਂ ਸਾਡਾ ਵੀਰ ਬਾਜਵਾ ਸਾਹਿਬ ਔਰ ਦਲਜੀਤ ਬਾਜਵਾ ਕਹਿੰਦੇ ਕਿ ਵੱਡੇ ਮਾਣ ਜਿਹੜੇ ਹੈ ਉਹ ਜੀਤ ਦੇ ਲਈ ਕਰਦੇ ਹੈ 500 ਰੁਪਈਆ ਮੇਰੇ ਵੀਰਿਓ ਵੱਡੇ ਪਿਆਰ ਵੱਡੇ ਸਤਿਕਾਰ ਹੈ ਲਓ ਹਿੰਦੇ ਦੀ ਰੇਡ ਹੈ ਸਾਹਮਣੇ ਵੇਖਾਂਗੇ ਚਾਰ ਗੱਭਰੂ ਜਿਹੜੇ ਹੈ ਉਹ ਤਿਆਰ ਬਰ ਤਿਆਰ ਹੈ ਲਓ ਕੈਂਚੀ ਬਾਜੀ ਹੈ ਲਓ ਕਬੱਡੀ ਦਾ ਸਭ ਤੋਂ ਖਤਰਨਾਕ ਦਾ ਕਸੂਤਾ ਪੈ ਗਿਆ ਪੰਗਾ ਐਸਾ ਸੀਨੇ ਨਾਲ ਲਾਇਆ ਕਿ ਤਸੱਲੀ ਹੋ ਗਈ ਨੀ ਮੈਂ ਸਕੇ ਦੀ ਮਾਰੀ ਝੱਲੀ ਹੋ ਗਈ ਪੁਆਇੰਟ ਜਾਫੀ ਦੇ ਹਿੱਸੇ ਹੈ ਖੂਨ ਪਸੀਨਾ ਉਦੋਂ ਮਹਿਕਦਾ ਇਹਦੀ ਨਿੱਘ ਹੈ ਮਾਂ ਦੀ ਗੋਦ ਵਰਗੀ ਹੋਇਆ ਬਾਬੇ ਨਾਨਕ ਦੀ ਬਾਣੀ ਦਾ ਪ੍ਰਕਾਸ਼ ਇੱਥੇ ਉਦਾਹਰਨ ਮਿਲੇ ਨਾ ਗੁਰੂ ਗੋਬਿੰਦ ਸਿੰਘ ਵਰਗੀ ਕਰਤਾਰ ਸਿੰਘ ਉਧਮ ਸਿੰਘ ਭਗਤ ਸਿੰਘ ਵਰਗੇ ਪੈਦਾ ਕਰਦਾ ਇਸ ਨੂੰ ਮਾਣ ਵੀ ਏ ਤੇ ਅੰਨਦਾਤਾ ਵੀ ਦੇਸ਼ ਦਾ ਕਹਿਣੇ ਨੂੰ ਤੇ ਬਿਣਕ ਮਿੱਟੀ ਏ ਸੋਹਣੇ ਪੰਜਾਬ ਦੀ ਸੋਹਣੀ ਮਿੱਟੀ ਹੈ ਮੇਰੇ ਵੀਰਿਓ ਅੱਜ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਮੇਰੇ ਵੀਰਿਓ ਲਓ ਸਾਹਮਣੇ ਗੋਬਿੰਦ ਦੀ ਰੇਡ ਹੈ ਮੇਰੇ ਵੀਰਿਓ ਇਹ ਗੋਬਿੰਦ ਰੇਡ ਪਾਉਂਦਾ ਇਸ ਵੇਲੇ ਅਗਲਾ ਮੈਚ ਜਿਹੜਾ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਮੈਚ ਨਾਨਕ ਸਰ ਕਬੱਡੀ ਕਲੱਬ ਗੁਰਦਾਸਪੁਰ ਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਫਾਈਨਲ ਮੈਚ ਹੈ ਫਾਈਨਲ ਮੈਚ ਦੇ ਲਈ ਦੋਨਾਂ ਟੀਮਾਂ ਨੂੰ ਮੈਕ ਤੋਂ ਸੱਦੇ ਦਈਏ ਕਿ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਐਂਟਰੀ ਕਰ ਜਾਣਾ ਲਾਪੀ ਬੜਾ ਸੋਹਣਾ ਮੈਚ ਜਿਹੜਾ ਹੈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੰਟਰਨੈਟ ਦੇ ਜ਼ਰੀਏ ਦੁਨੀਆ ਲਾਈਵ ਜੁੜੀ ਹੋਈ ਹੈ ਲੱਖਾ ਗਾਜ਼ੀਪੁਰੀ ਹੈ ਤੇ ਰਮਦਾਸ ਵਾਲਾ ਸੱਤਾ ਜਿਹੜਾ ਪੱਕੇ ਤੌਰ ਤੇ USA ਜਾ ਵਸਿਆ ਮੇਰੇ ਵੀਰਿਓ ਔਰ ਕਹਿੰਦੇ ਇੰਟਰਨੈਟ ਦੇ ਜ਼ਰੀਏ ਲਾਈਵ ਜੁੜੇ ਨੇ ਲਾਪੀ ਮੈਚ ਕਹਿੰਦੇ ਵੇ ਪੂਰਾ ਟਾਈਮ ਖੇਡਿਆ ਜਾਵੇਗਾ ਲੱਟਾ ਰਾਤ ਨੂੰ ਦਿਨ ਚੜਿਆ ਅੱਜ ਮੇਰੇ ਵੀਰਿਓ ਪਿੰਡ ਮੁੱਲਾਂਵਾਲ ਦੇ ਵਿੱਚ ਕਹਿੰਦੇ ਰਾਤ ਨੂੰ ਚਾਨਣ ਚੜਿਆ ਰੌਣਕਾਂ ਲੱਗੀਆਂ ਹੋਈਆਂ ਜਗਮਗ ਜਗਮਗ ਹੋਈ ਪਈ ਹੈ ਮੇਰੇ ਵੀਰਿਓ ਜਿਵੇਂ ਮੋਹਾਲੀ ਦਾ ਖੇਡ ਸਟੇਡੀਅਮ ਹੁੰਦਾ ਇਸ ਤਰ੍ਹਾਂ ਅੱਜ ਰੌਣਕਾਂ ਲੱਗੀਆਂ ਹੋਈਆਂ ਸਾਡਾ ਵੀਰ ਰਮਨੀਤ ਸੰਧੂ ਤੇ ਸਾਡਾ ਵੀਰ ਟੋਨੀ ਸੰਧੂ ਮੇਰੇ ਵੀਰਿਓ ਵੱਡਾ ਮਾਣ ਕਰਦੇ ਆ ਪੰਜਾਬੀ ਬੋਲਾਂ ਦਾ ਔਰ ਸੰਧੂ ਪਰਿਵਾਰ ਵੱਲੋਂ ਟੋਨੀ ਸਾਡਾ ਵੀਰ ਵੱਡੇ ਪਿਆਰ ਹੈ ਜੇਤੂ ਟੀਮ ਬਾਰੇ ਦੱਸਿਆ ਜਾਏ ਹੈਲੋ ਜੇਤੂ ਟੀਮ ਬਾਰੇ ਦੱਸਿਆ ਜਾਏ
हाफ टाइम हाफ टाइम हाफ टाइम साडा वीर लापरीत सिंह जी जुए डबई सरपंच सरदार नसान सिंह जी उन्हां दा बेटा भी इंटरनेट दे जरिए लाइव देखदा पिया कबड्डी मेरे वीडियो इंटरनेट दे जरिए लाइव तकदा पिया मैं विशेष तौर ते प्रतनवाद करांगा क्योंकि साडा वीर लापरीत सिंह जी जुए डबई सरपंच सरदार नसान सिंह जी उन्हां दा पुत्तर भी लाइव तकदा कबड्डी नूं उन्हां दा भतीजा भी सरदार सखविंदर सिंह जी मेरे वीडियो कबड्डी नूं फौजी साहब ਵੱਡਾ ਮਾਣ ਹੈ ਕਿ ਲੱਟੂ ਵੰਡ ਫੌਜ ਨੇ ਹਲੋ ਬਾਹਰ ਦਰਸ਼ਕਾਂ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਆ ਅੰਦਰ ਵੀਰ ਨੇ ਜ਼ਿਆਦਾ ਬਾਹਰ ਆ ਜਾਣ ਕਿਉਂਕਿ ਦਰਸ਼ਕ ਵੀਰਾਂ ਨੂੰ ਮੈਚ ਚੰਗੀ ਤਰ੍ਹਾਂ ਨਹੀਂ ਲੱਭਦਾ ਸਰਪੰਚ ਸਾਹਿਬ ਆ ਜਾਓ ਸਟੇਜ ਤੇ ਲਓ ਜੀ ਅੰਕਾਂ ਦਾ ਜਿਹੜਾ ਵੇਰਵਾ ਨਾ ਚੋਹਲਾ ਸਾਹਿਬ ਦੇ ਕਹਿੰਦੇ 15.5 ਪੁਆਇੰਟ ਤੇ ਮੁੱਲਾਂ ਵਾਲੇ ਗੁਰਦਾਸਪੁਰ ਦੇ 17.5 ਵਾ ਮੇਰੇ ਵੀਡੀਓ ਬੜਾ ਫਸ ਕੇ ਮੁਕਾਬਲਾ ਚੱਲਦਾ ਹੋਇਆ ਲਓ ਉਧਰਲੇ ਪਾਸੇ ਵੇਖਾਂਗਾ ਕਬੱਡੀ 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 ਹੋਈ ਪਈ ਆ ਬਲਜੀਤ ਮੂਰੇ ਖੜ ਗਿਆ ਇੱਕ ਤੜਕੇ ਸੈਡਾਂ ਚੇਂਜ ਨੇ ਇੱਕ ਪਾਸੇ ਮੰਨੂ ਹੈ ਤੇ ਦੂਜੇ ਪਾਸੇ ਬਲਜੀਤ ਮਾਰੋ ਤਾੜੀਆਂ ਦਰਸ਼ਕ ਵੀਰਿਓ ਵਾਹ ਕੋਕੇ ਗਜਰਤੇ ਆ ਮੁੰਡੇ ਨੇ ਕੋਕੇ ਜਰਤੇ ਆ ਮੁੱਲਾਂਵਾਲ ਦੇ ਲਈ ਸਰਦਾਰ ਹਰਭਜਨ ਸਿੰਘ ਜੀ ਸਾਡੇ ਪ੍ਰੈਸ ਰਿਪੋਰਟਰ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਪ੍ਰਤਨਵਾਦ ਕਰਾਂਗੇ ਸਾਡੇ ਮੀਡੀਆ ਤੋਂ ਪੱਤਰਕਾਰਾ ਭਾਈਚਾਰਾ ਲਓ ਕਬੱਡੀ ਪੰਜਾਬ ਦਾ ਮਾਣ ਕਬੱਡੀ ਪੰਜਾਬ ਦਾ ਪਿਆਰ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਹਰਭਜਨ ਸਿੰਘ ਜੀ ਸਾਡੇ ਦਰਮਿਆਨ ਉਧਰ ਕਬੱਡੀ ਬਿੱਲੇ ਦੀ ਇਧਰ ਬੱਜੀ ਆ ਕੈਂਚੀ ਉਹਨਾਂ ਨੇ ਉਹਨਾਂ ਦਾ ਮੰਨੂ ਢਾਇਆ ਉਹਨਾਂ ਨੇ ਬਿੱਲਾ ਢਾਇਆ ਉਹਨਾਂ 31 ਭਾਜੀ ਪਾਈ ਦਾ ਅਗਲਾ 41 ਪਾ ਕੇ ਮੋੜੀ ਹੈ ਤਗੜਾ ਯੱਫਾ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਬਾਜਾ ਬਾਜਾ ਹੁੰਦੀ ਹੋਈ ਲੋਹੇ ਜੇ ਪੱਟ ਹੁਣ ਮਾਰ ਮਾਰ ਥਾਪੀਆਂ ਸਾਤੀਆਂ ਨਾ ਜਾਣ ਜਦੋਂ ਗਾਜਾਂ ਵਿੱਚ ਨਾਪੀਆਂ ਲਾਲੀ ਪੈਂਦੀ ਆ ਪਿੰਡੇ ਉੱਤੇ ਗਿੱਠ ਗਿੱਠ ਚਾਰਨੀ ਹਾਰਿਆ ਤੋਂ ਲੱਥਦੀ ਨੀ ਦੁੱਧ ਵਾਲੀ ਕਾੜਨੀ ਇਹ ਤਾਂ ਖਾ ਕੇ ਖੁਰਾਕਾ ਪੈਂਦਾ ਸਰੀਰ ਪਾਲਣਾ ਸੌਖੀ ਨੀ ਕਬੱਡੀ ਖੇਡਣੀ ਘਾਲਣੀ ਪੈਂਦੀ ਆ ਬੜੀ ਘਾਲਣਾ ਕਿ ਸੌਖੀ ਨੀ ਕਬੱਡੀ ਖੇਡਣੀ ਘਾਲਣੀ ਪੈਂਦੀ ਆ ਬੜੀ ਘਾਲਣਾ ਪੁਆਇੰਟ ਰੇਡਰ ਦਾ ਗਿਆ ਪੁਆਇੰਟ ਤਾਵੀ ਦਾ ਗਿਆ ਅੱਜ ਦਰਸ਼ਕ ਵੀਰ ਵੀ ਬੜੇ ਪਿਆਰ ਦੇ ਨਾਲ ਚੱਲਦੇ ਹੋਏ ਮੈਚਾਂ ਦਾ ਆਨੰਦ ਮਾਣਦੇ ਹੋਏ ਮੈਂ ਸਾਰੇ ਦਰਸ਼ਕ ਵੀਰਾਂ ਦਾ ਵਿਸ਼ੇਸ਼ ਤੌਰ ਦੇ ਉੱਪਰ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਾਂਗਾ ਸਾਡਾ ਵੀਰ ਦਲਜੀਤ ਸਿੰਘ ਜੀ ਡਬਈ ਵਾਲੇ ਜੂਏ ਵਾਲੇ ਕਹਿੰਦੇ ਕਿ ਔਰ ਜੀਤ ਜਿੰਨੇ ਵੀ ਜੱਫੇ ਲਾਏ ਹਰ ਜੱਫੇ ਤੇ 100 ਦੇਵਾਂਗੇ ਆਪਾਂ ਕਿ ਜੀਤ ਜਿੰਨੇ ਵੀ ਜੱਫੇ ਲਾਏ ਸਟੇਜ ਤੇ ਭੇਜ ਦਿਓ ਫੋਟੋਆਂ ਖਿਚਾਈ ਜਾਓ ਹਾਂ ਤੁਸੀਂ ਮੀਤਾ ਗੋਰਸੀਆਂ ਸਾਡਾ ਵੀਰ ਕਹਿੰਦਾ ਹਿੰਦਾ ਜਿੰਨੇ ਵੀ ਔਰ ਪੁਆਇੰਟ ਲੈ ਕੇ ਆਵੇ ਉਹਨੇ 100 ਦੇਵਾਂਗੇ ਆ 100 ਅਗਲਾ ਮੈਚ 20-20 ਦਾ ਹੋਏਗਾ ਅਗਲਾ ਮੈਚ 20-20 ਦਾ ਲਓ ਕਬੱਡੀ ਯੱਫਾ ਵੱਜਿਆ ਹੋਇਆ ਗੱਲ ਔਖੀ ਹੋ ਗਈ ਹੈ ਲਓ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਕੀਲ ਕੇ ਪਟਾਰੀ ਵਿੱਚ ਪਾ ਲਿਆ ਤਵੀਤਾਂ ਵਾਲਿਆ ਅੱਜ ਕੱਲ ਮਿਲਦਾ ਹੀ ਨਹੀਂ ਲਾਪੀ ਹਿੰਦੇ ਆ ਤੇਰੇ ਲਈ 100 ਰੁਪਈਆ ਸਾਡਾ ਵੀਰ ਮੀਤਾ ਗੋਰਸੀਆਂ ਵਾਲਾ ਭੇਜਦਾ ਆ ਪੈਸੇ ਫੜ ਲਾ ਜਵਾਨਾ ਪੈਸੇ ਫੜ ਲਓ ਆਪੋ ਆਪਣੇ ਕਬੱਡੀ ਦੇ ਮਾਣ ਕੀਤੇ ਜਾ ਰਹੇ ਹੈ ਨੋਟਾਂ ਦੀ ਵਰਖਾ ਵਰਦੀ ਹੋਈ ਮੇਰੇ ਵੀਰਿਓ ਕਦੇ ਏਦਾਂ ਕੈਨੇਡਾ ਦੇ ਵਿੱਚ ਪੈਸੇ ਵਰਦੇ ਟ੍ਰਾਂਟੋ ਦੀ ਧਰਤੀ ਸਿੱਖ ਲਹਿਰ ਸੈਂਟਰ ਬ੍ਰੈਪਟਨ ਦੀਆਂ ਗਰਾਊਂਡਾਂ ਦੇ ਵਿੱਚ ਕਹਿੰਦੇ ਮੀਂਹ ਵਰਖਾ ਨੋਟਾਂ ਦੀ ਹੁੰਦੀ ਹੈ ਅੱਜ ਇਹੀ ਖੇਡ ਸਟੇਡੀਅਮ ਜਿਹੜਾ ਅਮਰੀਕਾ ਦਾ ਲੱਗਦਾ ਕੈਨੇਡਾ ਦਾ ਲੱਗਦਾ ਮਾਣ ਦਿੱਤੇ ਜਾ ਰਹੇ ਕਬੱਡੀ ਨੂੰ ਸਾਡੇ ਸਰਵੇਰ ਦਸੂਹਾ ਮਿਲਦੇ ਮੇਰੇ ਵੀਰਿਓ ਔਰ ਸਾਡਾ ਵੀਰ ਹਰਵਿੰਦਰ ਸਿੰਘ ਜੀ ਵੱਡਾ ਮਾਣ ਕਰਦਾ ਗੋਰਸੀਆਂ ਪਿੰਡ ਵਾਲਾ ਪੰਜਾਬੀ ਬੋਲਣ ਦਾ ਸਰ ਜੀ ਦੇ ਪ੍ਰਾਚੇ ਦੇ ਪਹਿਲਾਂ ਵੀ ਵੱਡੇ ਮਾਇਆ ਦੇ ਗੱਫੇ ਪੁੱਜੇ ਕਹਿੰਦੇ ਪ੍ਰਾਚਾ ਤੇਰਾ ਫਿਰ ਮਾਣ ਹੈ ਕਿਉਂਕਿ ਵੱਡੇ ਪਿਆਰ ਜਿਹੜੇ ਨੇ ਵੱਡੇ ਮਾਣ ਜਿਹੜੇ ਕਬੱਡੀ ਨੂੰ ਦਿੰਦੇ ਨੇ ਵੀਰ ਲਓ ਸਾਹਮਣੇ ਹਿੰਦੇ ਦੀ ਆ ਰੇੜ ਮੈਂ ਤੱਕਾਂਗਾ ਲਾਪੀ ਧਾਵੀ ਤੇ ਯਾਫੀ ਆਮੋ ਸਾਹਮਣੇ ਨੇ
ਖੜ ਗਿਆ ਜ਼ੋਰ ਲਾਪੀ ਹੁਣ ਪਤਾ ਲੱਗਣਾ ਨਤਾਰੇ ਹੋਣੇ ਆ ਨਤਾਰੇ ਨਤਾਰੇ ਮਾਰੋ ਜ਼ੋਰਦਾਰ ਤਾੜੀਆਂ ਪੁਆਇੰਟ ਕਹਿੰਦੇ ਹਿੰਦਾ ਲਾਪੀ ਇੱਕ 100 ਰੁਪਈਆ ਫਿਰ ਹਿੰਦੇ ਲਈ ਪੁੱਜੇ ਮੀਤਾ ਗੋਰਸੀਆਂ ਵਾਲਾ ਵੱਡਾ ਮਾਣ ਸਾਡਾ ਵੀਰ ਗੁਰਵਿੰਦਰ ਸਿੰਘ ਹਰਵਿੰਦਰ ਸਿੰਘ ਜੀ ਬਾਜਵਾ ਸਾਹਿਬ ਪਿੰਡ ਗੋਰਸੀਆਂ ਸਰਵੇਰ ਮਿਲ ਔਰ ਦਸੂਆ ਮੇਰੇ ਵੀਰਿਓ ਵੱਡੇ ਪਿਆਰ ਹੈ ਵੱਡੇ ਮਾਣ ਹੈ ਹਿੰਦਾ ਬਾਜਵਾ ਵੱਡੇ ਪਿਆਰ ਦੇ ਰਿਹਾ ਮੇਰੇ ਵੀਰ ਹਿੰਦੇ ਨੂੰ ਲਾਪੀ ਪੈਸੇ ਫੜਨਾ ਮੇਰਾ ਵੀਰ ਮਾਇਆ ਦੇ ਗਫੇ ਜਿਹੜੇ ਲੈ ਜਾ ਪਰ ਕਬੱਡੀ ਪੰਜਾਬ ਦੀ ਮਾਣ ਹੈ ਲਾਪੀ ਬਿੱਲੇ ਪੈਸੇ ਨਾਲੋ ਨਾਲ ਫੜੀ ਜਾਓ ਮੇਰੇ ਵੀਰ ਕਿਉਂਕਿ ਨੋਟਾਂ ਦੀ ਵਰਖਾ ਹੁੰਦੀ ਹੋਈ ਹੈ ਲਾਪੀ ਪਾ ਰੇੜ ਨੌਜਵਾਨਾਂ ਸਾਹਮਣੇ ਮੁੰਡਾ ਅਗਲੀ ਰੇੜ ਪਾਉਣ ਦੇ ਲਈ ਚੱਲਿਆ ਮੇਰੇ ਵੀਰਿਓ ਇੰਦਰਜੀਤ ਚੱਲਿਆ ਇੰਦਰਜੀਤ ਰੇੜ ਪਾਉਂਦਾ ਇਹ ਨਹੀਂ ਸੌਰੀ ਮੇਰੇ ਵੀਰਿਓ ਇਹ ਇਸ ਵੇਲੇ ਗੋਬਿੰਦ ਰੇੜ ਪਾਉਂਦਾ ਮੇਰੇ ਵੀਰਿਓ ਗੋਬਿੰਦ ਕੌਣ ਜਾਫੀ ਜੱਫਾ ਲਾਵੇਗਾ ਤਿਲਕ ਜੰਝੂ ਲਈ ਜੇਕਰ ਗੁਰੂ ਨਾਵਾਂ ਨਾਲ ਚਾਂਦਨੀ ਚੌਂਕ ਵਿੱਚ ਕੁਰਬਾਨ ਹੁੰਦਾ ਬਲੀ ਦੇ ਕੇ ਚਾਰਾਂ ਪੁੱਤਰਾਂ ਦੀ ਜੇਕਰ ਖੁਸ ਨਾ ਸੋਢੀ ਸੁਲਤਾਨ ਹੁੰਦਾ ਲੋਕੋ ਅੱਜ ਵੀ ਦਿੱਲੀ ਦੇ ਤਖ਼ਤ ਉੱਤੇ ਰਾਜ ਕਰਦਾ ਮੁਹੰਮਦ ਜਾਂ ਖਾਨ ਹੁੰਦਾ ਲਾਲ ਕਿਲੇ ਦੇ ਉੱਤੇ ਝੂਲਦਾ ਚੰਨ ਤਾਰਾ ਸਾਰਾ ਭਾਰਤੀ ਪਾਕਿਸਤਾਨ ਹੁੰਦਾ ਕਿ ਸਾਰਾ ਭਾਰਤੀ ਪਾਕਿਸਤਾਨ ਹੁੰਦਾ ਇੱਕ ਇੱਕ ਪੁਆਇੰਟ ਦੇ ਲਈ ਟੀਮਾਂ ਮੈਦਾਨ ਦੇ ਵਿੱਚ ਜੂਝਦੀਆਂ ਹੋਈਆਂ ਮੇਰੇ ਵੀਰਿਓ ਬਹੁਤ ਸੋਹਣਾ ਮੈਚ ਕਬੱਡੀ ਦਾ ਆ ਦੱਸੋ ਵੀਰਾਂ ਨੂੰ ਹੈ ਕਿ ਬਹਿ ਜਾਓ ਜਰਾ ਸਾਨੂੰ ਵੀ ਵੇਖ ਲਾਂ ਦੋ ਸਟੇਜ ਤੇ ਬਹਿ ਜਾਓ ਥੱਲੇ ਬਹੁਤ ਵਧੀਆ ਮੈਚ ਕਬੱਡੀ ਦੇ ਫੋਟੋਆਂ ਵਿੱਚ ਆਉਂਦੇ ਬੜੇ ਸਕੀਨ ਨੇ ਜਿਹੜਾ ਗਰਾਊਂਡ 'ਚ ਬਾਹਰ ਵੀ ਵੇਖਣ ਦੋ ਦਰਸ਼ਕਾਂ ਨੂੰ ਮੈਂ ਮੂਵ ਜਿਹੜੀ ਹੈ ਸਟੇਜ ਤੋਂ ਗਰਾਊਂਡ ਦੇ ਵਿੱਚ ਐਂਟਰੀ ਕਰ ਦਿੰਦੇ ਆ ਮੂਵੀ ਵਾਲਾ ਜਿਹੜਾ ਇਹਦਾ ਸਟੇਜ ਵੱਲ ਨੂੰ ਕਰਦੇ ਆਪੀ ਸਟੇਜ ਵੇਲੀ ਹੋਈ ਨਹੀਂ ਹੈ ਆ ਮੂਵ ਜਿਹੜੀ ਹੈ ਉਹ ਗਰਾਊਂਡ ਦੇ ਵਿੱਚ ਪੁੱਜਦਾ ਕਰਦੇ ਹੋ ਮੂਵ ਕੁਲਦੀਪ ਸਿੰਘ ਹਿਰਦੇ ਨੂੰ ਇੱਕ 100 ਰੁਪਈਆ ਜਿਹੜਾ ਕੀੜੀ ਤੋਂ ਸਾਡਾ ਵੀਰ ਵੱਡਾ ਮਾਣ ਕਰਦਾ ਹੈ ਲਾ ਪੀ ਕਬੱਡੀ 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 ਵਾਹ ਜੀਤ ਨਹੀਂ ਅਫਾ ਲਾ ਸਕਿਆ ਕੁਲਦੀਪ ਸਿੰਘ ਹਿਰਦੇ ਲਈ ਇੱਕ 100 ਰੁਪਈਆ ਵੱਡਾ ਮਾਣ ਪੁੱਜਾ ਮੇਰੇ ਕੋਲ ਪੈਸੇ ਜਿਹੜੇ ਨੇ ਫੜ ਲਓ ਮੇਰੇ ਵੀਰ ਆ ਮਾਇਆ ਦੇ ਗੱਫੇ ਵੀ ਜਿਹੜੇ ਹੈ ਲਾ ਦਿਓ ਮੈਂ ਬੇਨਤੀ ਕਰਾਂਗਾ ਵੀਰੇ ਪੈਸੇ ਵੀਰਾਂ ਨੂੰ ਇੱਧਰ ਕਾ ਜਿਹੜਾ ਪਿੱਛੇ ਵੀ ਲੱਭਣ ਦੇ ਸਾਰੇ ਜਿਹਨੇ ਮੋਹਬਰ ਨੇ ਸਾਰੇ ਸਟੇਜ ਤੇ ਬਰਾਇਮਾਨ ਹੋ ਬਹੁਤ ਸੋਹਣਾ ਮੈਚ ਕਬੱਡੀ ਦਾ ਫੇਰ ਉਚੇਚੀ ਵਾਲਾ ਸੋਹਣੀ ਵੀ ਪੁੱਜ ਗਿਆ ਆਪਣੀ ਟੀਮ ਲੈ ਕੇ ਐ ਚੋਟੀ ਦਾ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਸਾਡੇ ਸੁਖਦੇਵ ਸਿੰਘ ਜੀ ਵੱਡੀਆਂ ਜ਼ਿੰਮੇਵਾਰੀਆਂ ਹੈ ਵੱਡੇ ਪਿਆਰ ਹੈ ਕਿਉਂਕਿ ਕਬੱਡੀ ਨੂੰ ਪਿਆਰ ਕਰਦੇ ਕਬੱਡੀ ਦੇ ਚੌਣ ਵਾਲਿਆਂ ਨੂੰ ਪਿਆਰ ਕਰਦੇ ਹੈ ਰਿਣੀ ਇਹਨਾਂ ਵੀਰਾਂ ਦੇ ਲਾਪੀ ਸਾਡਾ ਵੀਰ ਟੋਨੀ ਸੰਧੂ ਉਸ ਵੀਰ ਦਾ ਵੀ ਧੰਨਵਾਦ ਕਰਾਂਗੇ ਉੱਥੇ ਵੱਡੇ ਪਿਆਰ ਕਬੱਡੀ ਨੂੰ ਹੈ ਲਾਪੀ ਪਾ ਰੇੜ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਲਾਪੀ ਸਾਹਮਣੇ ਚਾਰ ਗੱਭਰੂ ਤਿਆਰ ਬਰ ਤਿਆਰ ਹੈ ਕਿ ਫੇਮਸ ਹੋਏ ਖਿਡਾਰੀ ਪੂਰਾ ਕਰੇਜ ਕਬੱਡੀ ਦਾ ਰੁਤਬਾ ਉੱਚਾ ਹੋ ਗਿਆ ਹੁਣ ਮਾਂ ਖੇਡ ਕਬੱਡੀ ਦਾ ਨਿੱਤ ਹੀ ਚਰਚੇ ਹੁੰਦੇ ਟੀਵੀ ਵਿੱਚ ਅਖਬਾਰਾਂ ਦੇ ਗੱਭਰੂ ਮਾਲਕ ਬਣ ਗਏ ਹੈ ਮਹਿੰਗੀਆਂ ਮੋਟਰਸਾਈਕਲ ਕਾਰਾਂ ਦੇ ਰਾਜੇ ਖੇਲੇ ਵੇਖ ਪੱਟਾਂ ਤੇ ਵੱਜਦੀ ਥਾਪੀ ਨੂੰ ਹੁਣ ਮਿਲ ਟਰੈਕਟਰ ਵੱਡੇ ਵਧੀਆ ਰੇਡਰ ਜਾਂ ਫੀ ਨੂੰ ਵਾਹ ਨਹੀਂ ਰੀ ਸਾਂ ਬਲਜੀਤ ਦੀਆਂ ਯਾ ਬਲਜੀਤ ਦੁਨੀਆਂ ਦਾ ਯਾਲਮ ਜਾਫੀ ਆ ਮੇਰੇ ਵੀਰਿਓ ਪਜਰਾਜ ਵਾਲਾ ਸਿੰਧਾ ਕਹਿੰਦੇ ਪੱਕੇ ਤੌਰ ਤੇ ਕੈਨੇਡਾ ਜਾ ਬਸਿਆ ਲਓ ਵੀ ਅਗਲੇ ਮੈਚ ਦੇ ਲਈ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਗਿਆ ਫੇਰੋ ਖੜੇ ਨੇ ਥੱਲੇ ਆ ਜਾਓ ਅੱਜ ਮੈਂ ਦੇਖਾਂਗਾ ਕਿਹਦੀ ਉਂਗਲ ਦਾ ਸ਼ਿੰਗਾਰ ਬਣਦੀ ਹੈ ਬਿਠਾ ਥੱਲੇ ਕਹਿੰਦੇ ਸੋਨੇ ਦੀਆਂ ਮੁੰਦਰੀਆਂ ਪਾਈਆਂ ਜਾਣੀਆਂ ਅੱਜ ਸੋਨੇ ਦੀਆਂ ਮੁੰਦਰੀਆਂ ਕੁਰਸੀਆਂ ਇਹਨਾਂ ਦੀਆਂ ਪੀਹਾਂ ਖਿੱਚੋ ਕੁਰਸੀਆਂ
ਆ ਸਟੇਜ ਵਾਲਿਆਂ ਨੇ ਇਹਨਾਂ ਮੈਂ ਵੇਖਣਾ ਸਾਰੇ ਤੁਸੀਂ ਕੁਰਸੀਆਂ ਵੀ ਮਲੀਆਂ ਨੇ ਲਾਪੀ ਸਾਡਾ ਵੀਰ ਦਲਜੀਤ ਸਿੰਘ ਬਾਜਵਾ ਔਰ ਕਹਿੰਦਾ ਪ੍ਰਾਚਾ ਮੁੰਦਰੀਆਂ ਮੈਂ ਫੜੀਆਂ ਨੇ ਲਾਪੀ ਦੇਖਾਂਗੇ ਕਬੱਡੀ ਨੂੰ ਪਿਆਰ ਵੈ ਤੇ ਪੁਜਰਾਜ ਵਾਲਾ ਸਿੰਘ ਦਾ ਗੋਰੇ ਆ ਸਾਰਿਆਂ ਨੂੰ ਬਿਠਾਲ ਗੋਰੇ ਆ ਇਹਨਾਂ ਬਿਠਾਲ ਸਾਰਿਆਂ ਕੁਰਸੀਆਂ ਥੱਲੇ ਲਈਆਂ ਨੇ ਨਾ ਪੱਕੇ ਤੌਰ ਤੇ ਕਹਿੰਦੇ ਨੂਦੀ ਲੈਣ ਜਾ ਵਸਿਆ ਪਰ ਕਬੱਡੀ ਨੂੰ ਚਾਹੁਣ ਵਾਲੇ ਲਾਪੀ ਰਮਦਾਸ ਵਾਲਾ ਸੱਤਾ ਤੀਰਥ ਗਾਖਰ ਵਰਗੇ ਮੇਰੇ ਵੀਰਿਓ ਇੰਟਰਨੈਟ ਦੇ ਜ਼ਰੀਏ ਲਾਈਵ ਤੱਕਦੇ ਆ ਯੂਐਸਏ ਦੀ ਧਰਤੀ ਦੇ ਬੈਠੇ ਗਾਜੀਪੁਰੀਏ ਲੱਖੇ ਵਰਗੇ ਔਰ ਮਾਣ ਕਰਦੇ ਆ ਕਬੱਡੀ ਨੂੰ ਮੇਰੇ ਵੀਰਿਓ ਜਨਰਲ ਸਿੰਘ ਬਾਜਵਾ ਸਟੇਜ ਤੇ ਪਹੁੰਚੇ ਵਾਹ ਕਬੱਡੀ 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 ਰੇਡਰ ਤੇ ਯਾਫੀ ਲੱਗਦਾ ਯੋਰ ਚਾਰੇ ਗੱਭਰੂ ਤਿਆਰ ਵਰ ਤਿਆਰ ਵਾ ਲਾਪੀ ਮੁੰਡਾ ਪਿੱਛੇ ਪੈ ਗਿਆ ਹੁਣ ਗੱਲ ਔਖੀ ਗੱਲ ਔਖੀ ਗੱਲ ਔਖੀ ਗੱਲ ਔਖੀ ਹੈ ਪਰ ਨਹੀਂ ਰੀਸਾਂ ਮੁੰਡੇ ਦੀ ਹੈ ਵਾਹ ਬਹਿਜਾ ਬਹਿਜਾ ਕਰਾ ਦਿੱਤੀ ਹੈ ਕਬੱਡੀ ਜੀ ਲਾਪੀ ਹਿੰਦੇ ਪਾਰੇਡ ਅਗਲੀ ਨੌਜਵਾਨਾਂ ਕਿ ਸੋਹਣਾ ਗੱਭਰੂ ਸਾਡੇ ਸਰੀਰ ਵਾਲਾ ਸੇਪ ਡੌਲੇ ਦੀ ਸੰਧੂਰੀ ਅੰਬ ਵਰਗੀ ਸਾਲ ਮਾਰ ਕੇ ਬੰਦੇ ਨੂੰ ਟੱਪ ਜਾਂਦਾ ਟੱਚ ਕਰਨੀ ਸੱਪ ਦੇ ਡੰਗ ਵਰਗੀ ਕਬੱਡੀ ਕਬੱਡੀ ਹੋਈ ਪਈ ਆ ਲੱਗਦਾ ਸਟੇਜ ਤੇ ਬੈਠੇ ਨੇ ਪਤਾ ਲੱਗੇਗਾ ਇੱਥੇ ਕਿੰਨਾ ਕੁ ਲੱਭਦਾ ਆ ਕਬੱਡੀ ਖੇਡਣ ਵਾਲੀ ਗੱਲ ਹੈ ਇਹਨਾਂ ਦੀਆਂ ਫੋਟੋਆਂ ਖਿੱਚ ਲਓ ਪਹਿਲਾਂ ਇੱਥੇ ਲਾਗੇ ਆਓ ਸਾਡੇ ਜਿਹਦੀ ਫੋਟੋ ਸਰਵੇਰ ਸਾਹਿਬ ਲੱਭਦਾ ਨਹੀਂ ਸਾਡੇ ਸਰਵੇਰ ਸਾਹਿਬ ਦਸੂਹੇ ਤੋਂ ਔਰ ਹਰਵਿੰਦਰ ਬਾਜਵਾ ਹਿੰਦੇ ਦਾ ਮਾਣ ਕਰਦਾ ਗੋਰਸੀਆਂ ਪਿੰਡ ਵਾਲਾ ਮੇਰੇ ਵੀਰਿਓ ਹਿੰਦੇ ਸਿੰਦੇ ਆ ਸਾਰਿਆਂ ਬਿਠਾਲ ਹੈ ਸਿੰਦੇ ਆ ਸੇਵਾ ਤੁਸੀਂ ਕਰ ਰਹੇ ਇਹਨਾਂ ਬਿਠਾਲ ਹੈ ਇਹਨਾਂ ਨੂੰ ਜਰਾ ਹਿੰਦੇ ਦਾ ਵੱਡਾ ਮਾਣ ਜਿਹੜਾ ਹੈ ਉਹ ਸਾਡਾ ਵੀਰ ਹਰਵਿੰਦਰ ਸਿੰਘ ਬਾਜਵਾ ਗੋਰਸੀਆਂ ਵਾਲਾ ਔਰ ਸਰਵੇਰ ਦਸੂਹਾ ਮੇਰੇ ਵੀਰਿਓ ਮਿਲ ਤੇ ਵੱਡੇ ਪਿਆਰ ਜਿਹੜੇ ਕਬੱਡੀ ਨੂੰ ਵਾਹ ਕਬੱਡੀ 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 ਔਰ ਸਾਲੇ ਵਾਲਾ ਗੁੱਟ ਲਾਓ ਯਾਫੀ ਕੈਂਚੀ ਦੇ ਵਿੱਚ ਲਿਆ ਗੁੱਟ ਮਾਰੋ ਜ਼ੋਰਦਾਰ ਤਾੜੀਆਂ ਪੁਆਇੰਟ ਯਾਫੀ ਰਹਿ ਇੱਕ ਇੱਕ ਅੰਕ ਇੱਕ ਇੱਕ ਪੁਆਇੰਟ ਯਾਫੀ ਦੇ ਹਿੱਸੇ ਜੁੜਨਾ ਚੋਹਲਾ ਸਾਹਿਬ ਵਾਲਾ ਮੰਨੂ ਅਗਲੀ ਰੇਡ ਪਾਉਂਦਾ ਹੈ ਚਾਰੇ ਗੱਭਰੂ ਤਿਆਰ ਬਰ ਤਿਆਰ ਆ ਚਾਰੇ ਗੱਭਰੂ ਲਓ ਕਬੱਡੀ 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 ਹੋਈ ਪਈ ਹੈ ਲਾਪੀ ਲੱਗਦਾ ਯੋਰ ਬਲਜੀਤ 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 ਲਾਪੀ ਇੱਕ ਸੈਦੋਗੇ ਵਾਲਾ ਇੱਕ ਆ ਬਲਜੀਤ ਹੈ ਦੁਨੀਆ ਦਾ ਮਹਾਨ ਜਾਫੀ ਹਰੀਮਾਬਾਦ ਵਾਲਾ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉਰਜੂ 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 ਕਰਦੀ ਜਾਫ ਜਿੰਨੀ ਚਪਟਾ ਚੀਤੇ ਦੀ ਰੇਡਰ ਵਾਂਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕਰੋੜਾਂ ਦੇ ਕਰੋੜਾਂ ਨਾਲ ਟਰੈਕਟਰ ਮਿਲਦੇ ਅਰਸੀ ਵਾਲਿਆ ਕਾਲਿਆ ਹੋਏ ਅਰਮਾਨ ਪੂਰੇ ਹੋ ਗਿਆ ਸਭ ਦਿਲ ਦੇ ਨਹੀਂ ਰੀਸਾਂ ਬਿੱਲੇ ਦੀਆਂ ਜੀਤੋ ਸਰਦੇ ਵਾਲਾ ਬਿੱਲਾ ਮੇਰੇ ਵੀਰਿਓ ਦਲਬੀਰ ਸਿੰਘ ਦੀਰਾ ਬਲਪੁਰੀਆਂ ਵਾਲਾ ਕਬੱਡੀ ਦੇ ਗੁਣ ਦਾ ਬੜੀ ਵਧੀਆ ਫੋਟੋ ਹੋਣੀ ਇਹਨਾਂ ਦੀ ਫੋਟੋ ਆਇਆ ਚਾਰ ਦੋ ਨੈਟ ਤੇ ਵਾਹ ਕਬੱਡੀ ਕਬੱਡੀ ਪੈ ਚੁੱਕੀ ਆ ਲਓ ਸਾਹਮਣੇ ਜੱਫਾ ਲੱਗਦਾ ਹੋਇਆ ਗੱਲ ਔਖੀ ਹੋਈ ਪਈ ਹੈ ਗੱਲ ਔਖੀ ਹੋਈ ਪਈ ਆ ਮੇਰੇ ਵੀਰਿਓ ਨਹੀਂ ਰੀਸਾਂ ਮੁੰਡੇ ਦੀ ਹੈ ਔਰ ਪੁਆਇੰਟ ਜਾਫੀ ਦੇ ਹਿੱਸੇ ਹੈ ਹਲਕ ਜੀ ਸੱਟ ਜਿਹੜੀ ਮਹਿਸੂਸ ਕਰਦਾ ਹੋਇਆ ਮੈਂ ਬੇਨਤੀ ਕਰਾਂਗਾ ਸਪਰੇ ਜਿਹੜੀ ਹੈ ਉਹ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿਓ ਮੇਰੇ ਵੀਰੇ ਪਰਮਾਤਮਾ ਕਿਸੇ ਵੀ ਪਲੇਅਰ ਦੇ ਸੱਟ ਨਾ ਲਾਏ ਸਪਰੇ ਜਿਹੜੀ ਹੈ ਉਹ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿਓ ਮੈਂ ਬੇਨਤੀ ਕਰਾਂਗਾ ਜਿਹੜੇ ਵੀ ਪਲੇਅਰ ਨੇ ਸਪਰੇ ਆਉਂਦੀ ਹੈ ਪਲੀਜ਼ ਉਹ ਗਰਾਊਂਡ 'ਚ ਦਿੱਤੀ ਜਾਵੇ ਜਦੋਂ ਵੀ ਕਿਸੇ ਪਲੇਅਰ ਦੇ ਸੱਟ ਲੱਗਦੀ ਮਾੜੀ ਮੋਟੀ ਤੇ ਉਹਨੂੰ ਜ਼ਰੂਰਤ ਪੈਂਦੀ ਸਾਨੂੰ ਇਹ ਬੇਨਤੀ ਹੈ ਲਓ ਕਬੱਡੀ ਕਬੱਡੀ ਹੋਈ ਪਈ ਆਈਓ ਪੁਆਇੰਟ ਧਾਵੀਰ ਹੈ ਪੁਆਇੰਟ ਰੇਡਰ ਹੈ ਪਰਮਾਤਮਾ ਹਰ ਬੰਦੇ ਨੂੰ ਬਣਾਉਂਦਾ ਜ਼ਿੰਦਗੀ ਜਿਉਣ ਵਾਸਤੇ ਸਾਡੀ ਜ਼ਿੰਦਗੀ ਦੇ ਤਿੰਨ ਨਹਾਉਣ ਨੇ ਜਿਹੜੇ ਮਕਬੂਲ ਨੇ ਇੱਕ ਇਨਸਾਨ ਜਦੋਂ ਪੈਦਾ ਹੁੰਦਾ ਹੈ ਕਿ ਦੂਜਾ ਸਿਹਰੇ ਲਾ ਕੇ ਜਦੋਂ ਵਿਆਹੁਣ ਚੜ੍ਹਦਾ ਹੈ ਤੀਸਰਾ ਨਹਾਉਣ ਆਖਰੀ ਨਹਾਉਣ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਮੇਰੇ ਵੀਰਿਓ ਕਿ ਨਿੰਮ ਵੱਜਦੀ ਬੂਹੇ ਤੇ ਤੇਰੇ ਆਉਣ ਤੇ ਬਾਜੇ ਵੱਜਦੇ ਨੇ ਦੂਜੇ ਤੇਰੇ ਨਹਾਉਣ ਤੇ ਤੀਜੇ ਨਹਾਉਣ ਵੇਲੇ ਮੱਚੇ ਹਾਹਾਕਾਰ ਬੰਦਿਆ ਮੇਲਾ ਜੱਗ ਵਾਲਾ ਰਹਿਣਾ ਦਿਨ ਚਾਰ ਬੰਦਿਆ
के मेला जग वाला रहना दिन चार बंदे आ लापी सुखे चिड़ीली बड़े मान करते ने साडा वीर मीपा गिल ते नाल साडा वीर हरविंदर सिंह जी मेरे वीडियो बाजवा साहब पिंड गौरसिया वाले और बड़े प्यार जड़े बड़े मान जड़े ने इजाफी वास्ते है लापी मुल्लांवाल दे जड़े है वो 35 पॉइंट है ते चोला साहब दे जड़े सी वो 27.5 पॉइंट वा मेरी वीडियो मुल्लांवाल दी टीम जेतू वा आ 100 रुपया मेरे को पुजा सी मैं बेनती करांगा 100 रुपया भैया सारे अपने पिंड वालों नू जां दूजे खिडारियों नू सिर्फ टीम विच होएगी दूजा कोई बंदा पानी वाला विच ना होए बोतल इत्थे रख दिओ कोई पानी वाला विच ना होए सारे बाहर जां डी दे बाहर बैठो सिर्फ खिडारी